ਹੁਣ ਮੈਂ ਟੀਮ ਲੈਲਪੁਰ ਦੇ ਇੰਚਾਰਜ, ਸਾਡੇ ਹੈੱਡ, ਸਾਡੇ ਸਰਪ੍ਰਸਤ, ਜਿਨ੍ਹਾਂ ਨੇ ਸਾਨੂੰ ਲਗਾਤਾਰ ਉਂਗਲੀ ਫੜ ਕੇ ਤੋੜਦੇ ਰਹੇ ਅਤੇ ਰਾਹ ਦੱਸਦੇ ਰਹੇ, ਫਿਰ ਅਸੀਂ ਮਿਹਨਤ ਕਰਦੇ ਰਹੇ, ਮੇਰੀ ਮੁਰਾਦ ਤਸ਼ਰੀਫ ਲਿਆ ਰਹੇ ਨੇ ਉਸਤਾਦ ਮੋਹਤਰਮ ਜਨਾਬ ਏਐਚ ਆਤਿਫ ਸਾਹਿਬ। ਸਭ ਤੋਂ ਪਹਿਲੇ ਤਾਂ ਸਭੇ ਪ੍ਰਾਹੁਣਿਆਂ ਨੂੰ, ਖੇੜੇ ਮੱਥੇ ਜੀ ਆਇਆਂ ਨੂੰ, ਅਤੇ ਸੁਖੀ ਬਾਠ ਜੀ, ਬਾਬਾ ਨਜ਼ਮੀ ਜੀ, ਧੰਨ ਭਾਗ ਸਾਡੇ ਕਿ ਤੁਸੀਂ ਸਾਡੇ ਚਾਵਾਂ ਦੇ ਵਿਹੜੇ ਵਿੱਚ ਪੈਰ ਧਰਿਆ। ਅਸਲ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਅੱਜ ਅਸੀਂ ਰੱਖਿਆ ਕਿਉਂ ਹੈ। ਅਸਲ 'ਚ ਇੱਕ ਗੱਲ ਨਿੱਕੀ ਜਿਹੀ, ਜਿਸ ਵੇਲੇ ਜਿਸ ਪੰਜਾਬੀ ਜੀ ਦਾ ਮੈਨੂੰ ਫੋਨ ਆਇਆ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਯਾਰ ਕਿ ਯੂਸ ਪੰਜਾਬੀ ਕਹਿਣ ਲੱਗੇ ਕਿ ਸਾਡੇ ਇੱਕ ਮਿੱਤਰ ਨੇ ਕੈਨੇਡਾ 'ਚ, ਸੁਖੀ ਬਾਠ ਜੀ, ਅਤੇ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿ ਅਸੀਂ ਬਾਲਾਂ ਕੋਲੋਂ ਨਜ਼ਮਾਂ ਲਿਖਾਉਣੀ, ਅਤੇ ਬਹੁਤ ਚੰਗਾ ਲੱਗਾ ਮੈਨੂੰ, ਬੜਾ ਸੋਹਣਾ ਲੱਗਾ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਆਪੇ ਤੁਰਨਾ ਸਿੱਖ ਜਾਵੇ। ਅਸੀਂ ਹੁਣ ਤੱਕ ਆਪ ਹੀ ਉਹਨਾਂ ਲਈ ਸਭ ਕੁਝ ਕਰਦੇ ਆਏ ਹਾਂ, ਕਿਉਂ ਜੇ ਆਉਣ ਵਾਲੇ ਵੇਲੇ 'ਚ ਜਦੋਂ ਮਹਾਰ ਹੀ ਉਹਨਾਂ ਨੇ ਫੜਨੀ ਹੈ ਸਾਡੇ ਮੁਸਤਕਬਲ ਦੀ, ਅਤੇ ਕਿਉਂ ਨਾ ਹੁਣ ਹੀ ਉਹਨਾਂ ਨੂੰ ਉਹ ਸਾਰੇ ਲੱਗੇ ਪਿੱਛੇ ਆ ਜਾਓ। ਔਰ ਦੂਜੀ ਗੱਲ ਇਹ ਕਿ ਜਿਸ ਵੇਲੇ ਬਾਲ ਪੰਜਾਬੀ ਜ਼ੁਬਾਨ ਵੱਲ ਆਉਣਗੇ, ਪੰਜਾਬੀ ਜ਼ੁਬਾਨ ਲਿਖਣਗੇ, ਪੰਜਾਬੀ ਵਿੱਚ ਨਜ਼ਮਾਂ ਲਿਖਣਗੇ, ਅਤੇ ਸਾਨੂੰ ਆਉਣ ਵਾਲੇ ਵੇਲੇ 'ਚ ਇਹਨਾਂ ਵਿੱਚੋਂ ਬੜੇ ਭਰਮੇ, ਸੋਹਣੇ, ਸੁਨੱਖੇ, ਸੁਚੱਜੇ ਲਿਖਾਰੀ ਵੀ ਲੱਭ ਸਕਦੇ ਨੇ। ਔਰ ਜੇ ਇਸ ਜ਼ੁਬਾਨ ਦਾ ਅਗਰ ਕਿਸੇ ਜ਼ੁਬਾਨ ਨੂੰ ਮਾਰਨਾ ਹੋਵੇ ਤਾਂ ਉਹਦਾ ਗਲ ਘੁੱਟ ਦਿੰਦੇ ਨੇ ਲੋਕ, ਅਤੇ ਗਲ ਜਿਹੜਾ ਉਹਦਾ ਗਲਾ ਹੁੰਦਾ ਨਾ ਕਿਸੇ ਵੀ ਜ਼ੁਬਾਨ ਦਾ, ਉਹ ਲਿਖਾਰੀ ਹੁੰਦਾ। ਤੁਸੀਂ ਲਿਖਾਰੀ ਦਾ ਗਲ ਘੁੱਟ ਦਿਓ ਅਤੇ ਜ਼ੁਬਾਨ ਆਪਣੇ ਆਪ ਮਰ ਜਾਂਦੀ ਹੈ, ਕਿਉਂ ਜੇ ਲਿਖਾਰੀ ਹੀ ਅੱਖਰਾਂ ਦਾ ਰਾਖਾ ਹੁੰਦਾ, ਜ਼ੁਬਾਨ ਦਾ ਰਾਖਾ ਹੁੰਦਾ। ਜਿੱਦਾਂ ਸਾਡੀ ਮਾਂ ਬੋਲੀ ਜ਼ੁਬਾਨ ਪੰਜਾਬੀ ਹੈ, ਬਾਬੇ ਫਰੀਦ ਦੀ ਜ਼ੁਬਾਨ ਹੈ, ਨਾਨਕ ਦੀ ਜ਼ੁਬਾਨ ਹੈ, ਪੀਰਾਂ ਦੀ ਜ਼ੁਬਾਨ ਹੈ, ਵਲੀਆਂ ਦੀ ਜ਼ੁਬਾਨ ਹੈ, ਹੁਣ ਕੀ ਬਾਕੀ ਲੋਕਾਂ ਨੇ ਤਾਂ ਸਾਡੇ ਨਾਲ ਮਾਂ ਬੋਲੀ ਨਾਲ ਮਤਰੇਣੀਆਂ ਮਾਂ ਵਾਲਾ ਸਲੂਕ ਕੀਤਾ, ਲੇਕਿਨ ਰੱਬ ਸੋਹਣੇ ਦੀ ਮਿਹਰ ਨਾਲ ਆਪਣੇ ਆਪ ਰੱਬ ਦੀ ਲਾਈ ਹੋਈ ਬੂਟੀ ਵਾਂਗੂ ਰੱਬ ਸੋਹਣੇ ਨੇ ਆਪ ਹੀ ਇਹਨੂੰ ਪਾਣੀ ਲਾਇਆ ਅਤੇ ਆਪ ਹੀ ਵੱਧਦੀ ਫੁੱਲਦੀ ਰਹੀ ਬਗੈਰ ਕਿਸੇ ਆਗੂਆਂ ਦੇ, ਹਕੂਮਤਾਂ ਦੇ ਸਾਥ ਦੇਣ ਤੋਂ ਵੀ। ਮੈਂ ਸਮਝਣਾ ਕਿ ਅੱਜ ਉਰਦੂ ਦੀਆਂ ਕਿਤਾਬਾਂ ਘੱਟ ਛਪਦੀਆਂ ਨੇ ਔਰ ਪੰਜਾਬੀ ਦੀਆਂ ਕਿਤਾਬਾਂ ਬਹੁਤੀਆਂ ਛਪਦੀਆਂ, ਔਰ ਇਹ ਰੱਬ ਸੋਹਣੇ ਦਾ ਖਾਸ ਕਰਮ ਹੈ। ਅਤੇ ਮੈਂ ਇੱਕ ਗੱਲ ਬਹੁਤ ਦੇਰ ਪਹਿਲੇ ਵੀ ਦੋਸਤਾਂ ਨਾਲ ਕਹਿੰਦਾ ਹੁੰਦਾ ਸੀ ਕਿ ਯਾਰ ਸ਼ਾਇਰ ਬਹੁਤ ਨੇ ਸਾਡੇ ਕੋਲ, ਸ਼ਾਇਰ ਪੈਦਾ ਹੁੰਦੇ ਰਹਿੰਦੇ ਨੇ। ਅੱਛਾ, ਇੱਕ ਤਾਂ ਸਾਡੇ ਕੋਲ ਨਕਾਦਾਂ ਦੀ ਬੜੀ ਘਾਟ ਹੈ ਕਿ ਨਕਾਦ ਬਹੁਤ ਥੋੜ੍ਹੇ ਨੇ, ਜਿਹਦੀ ਵਜ੍ਹਾ ਤੋਂ ਅਸੀਂ ਕਦੀ ਕਦੀ ਕਿਰਾਏ ਪੈ ਜਾਂਦੇ ਹਾਂ ਅਤੇ ਸਾਨੂੰ ਹਿੱਕਣ ਵਾਲਾ, ਸਾਨੂੰ ਇੱਕ ਲੈਂਡ ਸੇਲ ਕਰਨ ਵਾਲਾ ਕੋਈ ਨਹੀਂ ਹੁੰਦਾ। ਔਰ ਮੈਂ ਅੱਜ ਕੱਲ੍ਹ ਤਾਂ ਮੈਂ ਹੀ ਰੱਖਣ ਵਾਲੇ ਗੱਲ ਕਰਾਂਗਾ ਕਿ ਮੈਨੂੰ ਕਦੀ ਕਦੀ ਇੰਝ ਜਾਪਦਾ ਕਿ ਜਿਵੇਂ ਅੱਜ ਦਾ ਅਗਰ ਕਿਰਾਏ ਪੈ ਗਿਆ, ਅਸੀਂ ਕਿਸੇ ਹੋਰ ਬੰਦੇ ਨੂੰ ਨਿਕਲ ਗਏ ਹਾਂ, ਸਾਡਾ ਕੰਮ ਕੋਈ ਹੋਰ ਸੀ। ਅਸੀਂ ਵੇਖਦੇ ਹਾਂ ਕਿ ਸਾਡੇ ਵਟਕਿਆਂ ਦੀ ਇੱਕ ਲੈਣ ਦੇ ਉੱਤੇ ਪੂਰੇ ਪੂਰੇ ਦੇਸ਼ ਦੇ ਨਜ਼ਰੀਆ ਬਦਲ ਗਏ, ਪੂਰਾ ਪੂਰਾ ਦੇਸ਼ ਬਦਲ ਗਿਆ, ਕਿਉਂਕਿ ਲਿਖਾਰੀ ਨੇ ਇੱਕ ਚੀਜ਼ ਦੇਣੀ ਹੈ ਅਤੇ ਪਬਲਿਕ ਨੂੰ, ਲੋਕਾਈ ਨੂੰ ਉਹਦੇ ਉੱਤੇ ਟੋਰਨਾ। ਅੱਜ ਅਸੀਂ ਆਪ ਉਹ ਲਿਖਣ ਲੱਗ ਗਏ ਜੋ ਲੋਕਾਈ ਸੁਣਦੀ ਹੈ, ਅਤੇ ਫਿਰ ਅਸੀਂ ਕਿਤੇ ਨੂੰ ਲੈ ਕੇ ਜਾਣਾ ਇਹਨਾਂ ਨੂੰ, ਇਹ ਸਾਨੂੰ ਸੋਚਣਾ ਪਏਗਾ। ਅਤੇ ਬਾਲ ਅਦਬ ਵਾਲਾ ਜਿਹੜਾ ਸਿਲਸਿਲਾ ਜਿਹੜੀ ਲੜੀ ਤੋਰੀ ਹੈ ਸੁਖੀ ਬਾਠ ਜੀ ਨੇ, ਔਰ ਲਾਹੌਰ ਤੋਂ ਯੂਸਫ ਪੰਜਾਬੀ ਜੀ ਨੇ, ਫਿਰ ਪੂਰੇ ਪੰਜਾਬ ਦੇ ਵਿੱਚ ਇਹਦਾ ਜਿਹੜਾ ਖਿਲਾਰ ਪਾਇਆ, ਉਹਦੇ ਨਾਲ ਜਿਹੜੇ ਮਿੱਤਰ ਜੋੜੇ ਨੇ, ਸਭ ਤੋਂ ਸੋਹਣੀ ਗੱਲ ਤਾਂ ਇਹ ਕਿ ਉਹਨਾਂ ਨੇ ਸੱਚੀ ਮੁੱਚੀ ਨਾਲ ਲੋਕਾਂ ਨੂੰ ਸੁਣਿਆ, ਉਹਨਾਂ ਲੋਕਾਂ ਨੂੰ ਨਹੀਂ ਸੁਣਿਆ
ਜਿਨ੍ਹਾਂ ਨੇ ਸਿਰਫ ਪਹਿਨਾਵਾ ਜਾਂ ਕੱਪੜੇ ਪੰਜਾਬੀ ਪਾਏ ਹੋਏ ਨੇ, ਉਹਨਾਂ ਦਾ ਅੰਦਰ ਜਿਹੜਾ ਉਰਦੂ ਹੈ ਜਾਂ ਅੰਗਰੇਜ਼ੀ ਹੈ, ਉਹਨਾਂ ਨੇ ਅੰਦਰ ਵੇਖਿਆ ਕਿ ਕਿਹਦੇ ਅੰਦਰ ਅੱਜ ਵੀ ਛੱਪੜ ਜਾਗਦਾ ਤੇ ਮੱਝਾਂ ਲਾਉਂਦੀਆਂ ਨੇ, ਕਿਹਦੇ ਅੰਦਰੋਂ ਕਿਹਦੇ ਸਾਹਾਂ ਵਿੱਚੋਂ ਸਰੋਂ ਦੇ ਫੁੱਲਾਂ ਦੀ ਵਾਸਨਾ ਹੁੰਦੀ ਹੈ, ਅਤੇ ਕਿਹਦੇ ਕੱਪੜਿਆਂ ਨੂੰ ਪੱਖਣਾ ਲੱਗਾ ਹੋਇਆ। ਅੱਜ ਵੀ ਸੱਚੀ ਗੱਲ ਇਹੀ ਹੈ ਕਿ ਦੁਨੀਆਂ ਸਾਰੇ ਜਹਾਨ ਦੀਆਂ ਤੁਸੀਂ ਖੁਸ਼ਬੋਈਆਂ ਆਪਣੇ ਜੁੱਸੇ ਤੇ ਲਾ ਲਓ, ਪਰ ਜਿਸ ਵੇਲੇ ਪਿੰਡ 'ਚ ਤੂੜੀ ਮਿੱਟੀ ਦੇ ਨਾਲ ਲਿਪੇ ਹੋਏ ਬਨੇਰਿਆਂ ਦੇ ਉੱਤੇ ਜਿਸ ਵੇਲੇ ਛਿੱਟਾਂ ਡਿੱਗਦੀਆਂ ਨੇ, ਕਣੀਆਂ ਪੈਂਦੀਆਂ ਨੇ, ਉਹਦੀ ਵਾਸਨਾ ਵਰਗੀ ਦੁਨੀਆਂ ਪੈਰਿਸ ਤੋਂ ਵੀ ਨਹੀਂ ਲੱਭਦੀ, ਉਦਾਂ ਦੀ ਖੁਸ਼ਬੂ ਹੈ, ਉਹ ਵੱਖ ਖੁਸ਼ਬੂ ਹੈ ਜਿਹੜੀ ਅੱਜ ਵੀ ਸਾਡੇ ਇਨਸਾਨਾਂ ਨੂੰ ਜਿਹੜੀ ਹੈ ਮੁਅੱਤਲ ਰੱਖਦੀ ਹੈ, ਤਾਜ਼ਾ ਰੱਖਦੀ ਹੈ। ਅਸੀਂ ਇਹ ਸਾਰਾ ਸਿਲਸਿਲਾ ਜਿਹੜਾ ਹੈ ਜੋ ਕੁਛ ਅਸੀਂ ਅੱਜ ਕਰਨ ਡੇ ਹਾਂ, ਮੈਂ ਧੰਨਵਾਦੀ ਹਾਂ ਸੁਖੀ ਬਾਠ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ, ਸਾਨੂੰ ਆਹਰੇ ਲਾਇਆ ਕਿ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਪੰਜਾਬੀ ਦਾ ਕੋਈ ਕੰਮ ਕਰਨਾ ਹੈ। ਔਰ ਇਹ ਲੋਕ ਜਿਹੜੇ ਨੇ ਇਹ ਲੋਕ ਬਹੁਤ ਥੋੜ੍ਹੇ ਨੇ, ਸਾਨੂੰ ਸੁਖੀ ਬਾਠ ਜੀ ਵਰਗੇ, ਸਾਨੂੰ ਯੂਸਫ ਪੰਜਾਬੀ ਵਰਗੇ, ਸਾਨੂੰ ਮਲਿਕ ਸ਼ਾਹਦ ਵਰਗੇ, ਡਾਕਟਰ ਰਿਆਜ਼ ਮਜੀਦ ਸਾਹਿਬ ਬੈਠੇ ਨੇ, ਇਹਨਾਂ ਨੇ ਹਮੇਸ਼ਾ ਮੈਨੂੰ ਜਦੋਂ ਮੇਰੀ ਇਹਨਾਂ ਨਾਲ ਮੁਲਾਕਾਤ ਆਈ, ਇਹਨਾਂ ਨੇ ਮੈਨੂੰ ਕਿਹਾ ਕਿ ਆਤਿਫ ਜਿਹੜੇ ਕੰਮਾਂ ਦੀ ਲੋੜ ਉਹ ਕੰਮ ਕਰਿਆ ਕਰੋ, ਤੁਸੀਂ ਤਨਕੀਦ ਦੀਆਂ ਕਿਤਾਬਾਂ ਲਿਖੋ, ਤੁਸੀਂ ਪੰਜਾਬੀ ਵਿੱਚ ਖੋਜ ਦੀਆਂ ਕਿਤਾਬਾਂ ਲਿਖੋ ਕਿ ਸਾਰੀ ਦੁਨੀਆਂ ਸ਼ਾਇਰੀ ਵਾਲੀ ਟੁਰੀ ਰਹੇਗੀ। ਅਤੇ ਅੱਜ ਮੈਂ ਸੁਣੀ ਨਾ ਕਿ ਸੁਖੀ ਬਾਠ ਜੀ ਨੇ ਡਾਕਟਰ ਰਿਆਜ਼ ਮਜੀਦ ਦਾ ਸੁਪਨਾ ਵੀ ਪੂਰਾ ਕੀਤਾ, ਅਤੇ ਵੇਲਾ ਸਾਡੇ ਕੋਲ ਇੰਨਾ ਕੀ ਹੈ, ਉਹ ਬੱਚੇ ਜਿੱਦਾਂ ਜਿੱਦਾਂ ਮੁਸ਼ਾਇਰੇ ਵਾਂਗੂ ਜਿੱਦਾਂ ਉਹ ਸ਼ਾਇਰ ਪੜ੍ਹ ਪੜ੍ਹ ਕੇ ਜਾਂਦੇ ਰਹਿੰਦੇ, ਅਤੇ ਬੱਚੇ ਵੀ ਆਪਣੀਆਂ ਨਜ਼ਰਾਂ ਸੁਣਾ ਸੁਣਾ ਕੇ ਅਤੇ ਉਹ ਘਰਾਂ ਨੂੰ ਤੁਰੀ ਜਾ ਰਹੇ ਨੇ। ਮੈਂ ਅੱਛਾ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਅਸੀਂ ਆਪਣਾ ਵੱਡਿਆਂ ਨੂੰ ਸੁਣਨਾ ਕਿ ਤੁਹਾਡੇ ਵਾਸਤੇ ਇੱਕ ਬੜਾ ਹੀ ਸੋਹਣਾ ਪ੍ਰੋਗਰਾਮ ਹੈ, ਜਿਹੜਾ ਮਿਊਜ਼ਿਕ ਦਾ ਪ੍ਰੋਗਰਾਮ ਹੈ, ਢੋਲ ਦਾ ਪ੍ਰੋਗਰਾਮ ਹੈ, ਉਹਦੇ 'ਚ ਮਾਈਏ ਨੇ ਢੋਲੇ ਨੇ, ਜਿਹੜਾ ਸਾਡਾ ਇੱਕ ਕਲਚਰ ਹੈ, ਸਾਡਾ ਵਸੇਬ ਹੈ, ਸਾਡਾ ਸੱਭਿਆਚਾਰ ਹੈ ਜਿਹਨੂੰ ਅਸੀਂ ਕਦੀ ਨਹੀਂ ਭੁੱਲਦੇ। ਅਸੀਂ ਇੱਕ ਗੱਲ ਮੈਂ ਹੋਰ ਕਹਾਂਗਾ, ਅਕਸਰ ਇੱਕ ਗੱਲਾਂ ਹੁੰਦੀਆਂ ਨੇ ਕਿ ਸਾਨੂੰ ਲਾਚੇ ਬੰਨੇ ਚਾਹੀਦੇ ਜਾਂ ਫੁੱਸੇ ਪਾਉਣੇ ਚਾਹੀਦੇ, ਬਹੁਤ ਸੋਹਣੀ ਗੱਲ ਹੈ, ਇਹ ਸਾਡਾ ਵਸੇਬ ਹੈ, ਲੇਕਿਨ ਜਿਹੜੇ ਲੋਕ ਨਹੀਂ ਪਾ ਸਕਦੇ ਉਹਨਾਂ ਅੱਗੇ ਮੇਰੀ ਬੇਨਤੀ ਹੈ ਕਿ ਟਾਈਆਂ ਲਾ ਕੇ ਪੰਜਾਬੀ ਬੋਲਣ, ਲੇਕਿਨ ਪੰਜਾਬੀ ਬੋਲਣ, ਜ਼ੁਬਾਨ ਦੇ ਪੈਰਾਂ ਦੇਣ, ਜ਼ੁਬਾਨ ਜ਼ਿੰਦਾ ਹੈ ਅਤੇ ਪੰਜਾਬੀ ਜ਼ਿੰਦਾ ਹੈ, ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਅੱਜ ਤਹੀਆ ਕਰਨਾ ਚਾਹੀਦਾ ਕਿ ਅਸੀਂ ਆਪਣੇ ਲੋਕ ਦੀ ਆਖਰੀ ਕਣੀ ਤੱਕ ਨਾ ਜ਼ੁਬਾਨ ਨਾ ਪੰਜਾਬੀ ਜ਼ੁਬਾਨ ਮਰਨ ਦੇਣੀ ਹੈ ਅਤੇ ਨਾ ਪੰਜਾਬੀ ਮਰਨ ਦੇਣਾ। ਤੁਹਾਡੇ ਵਾਸਤੇ ਮਿਊਜ਼ਿਕ ਦਾ ਇੰਤਹਾਈ ਸੋਹਣਾ ਪ੍ਰੋਗਰਾਮ ਰੱਖਿਆ ਹੋਇਆ, ਉਸ ਤੋਂ ਪਹਿਲੇ ਕੁਝ ਸ਼ਾਇਰ ਨੇ ਬੜੇ ਸੋਹਣੇ ਸੁਨੱਖੇ, ਕੁਝ ਸੁਆਣੀਆਂ ਜਿਨ੍ਹਾਂ ਨੇ ਪੰਜਾਬੀ ਵਿੱਚ ਅਜਿਹਾ ਆਪਣਾ ਨਾਮ ਪੈਦਾ ਕੀਤਾ। ਮੈਂ ਹੈਰਾਨ ਸਾਂ ਕਿ ਉਰਦੂ ਦੇ ਵਿੱਚ ਇੱਕ ਔਰਤ ਐਸੀ ਆਈ ਜਿਹਨੇ ਔਰਤ ਹੋ ਕੇ ਸ਼ਾਇਰੀ ਕੀਤੀ। ਪੰਜਾਬੀ ਦਾ ਸਾਡਾ ਇੱਕ ਇਹਤਰਾਮੀ ਰਿਸ਼ਤਾ ਕਹਿ ਲਓ, ਰੂਹਾਨੀ ਕਹਿ ਲਓ, ਕਿ ਸਾਡੇ ਹਾਂ ਇੱਕ ਚੀਜ਼ ਪਾਈ ਜਾਂਦੀ ਸੀ ਕਿ ਮਰਦਾਂ ਨੇ ਹਮੇਸ਼ਾ ਔਰਤ ਬਣ ਕੇ ਸ਼ਾਇਰੀ ਕੀਤੀ ਅਤੇ ਔਰਤ ਨੇ ਹਮੇਸ਼ਾ ਬੰਦਿਆਂ ਬਣ ਕੇ ਮਰਦ ਬਣ ਕੇ ਸ਼ਾਇਰੀ ਕੀਤੀ। ਜਿਵੇਂ ਬੁੱਲਾ ਵੀ ਕਹਿੰਦਾ ਕਿ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ, ਅਸੀਂ ਇੰਝ ਕੀਤਾ। ਲੇਕਿਨ ਮੇਰੇ ਸਾਹਮਣੇ ਜਿਹੜੀਆਂ ਅੱਜ ਪੰਜਾਬ ਦੀਆਂ ਉਹ ਮੁਟਿਆਰਾਂ ਸਿਆਣੀਆਂ ਸੁੱਕੜ ਸੋਚਾਂ ਰੱਖਣ ਵਾਲੀਆਂ ਜਿਹੜੀਆਂ ਸਵਾਈਆਂ ਬੈਠੀਆਂ ਨੇ, ਉਹਨਾਂ ਨੇ ਪੰਜਾਬਣ ਹੋਣ 'ਤੇ ਫਖਰ ਵੀ ਕੀਤਾ, ਔਰਤ ਹੋਣ 'ਤੇ ਫਖਰ ਵੀ ਕੀਤਾ ਅਤੇ ਔਰਤ ਬਣ ਕੇ ਲਿਖਿਆ। ਇਹ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ, ਉਹਨਾਂ ਨੂੰ ਤੁਸੀਂ ਸੁਣਨਾ ਹੈ ਅਤੇ ਉਸ ਤੋਂ ਬਾਅਦ ਮਿਊਜ਼ਿਕ ਵੀ ਸੁਣਨਾ ਹੈ, ਅਤੇ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ। ਬਹੁਤ ਸ਼ੁਕਰੀਆ, ਬਹੁਤ ਬਹੁਤ।